ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਅੱਜ ਕਨੇਡਾ ਟੂਰ ਦੀ ਸਮਾਪਤੀ ਤੋਂ ਬਾਅਦ ਹੁਣ ਏਅਰਪੋਰਟ ਆ ਗਏ ਜੀ। ਇਸ ਵੇਲੇ ਏਅਰਪੋਰਟ ਵੈਨਕੂਵਰ ਏਅਰਪੋਰਟ 'ਤੇ ਹਾਂ, ਕਿਉਂਕਿ ਇੱਥੋਂ ਏਅਰ ਇੰਡੀਆ ਦੀ ਫਲੈਟ ਤਕਰੀਬਨ 10:15 ਦੀ ਫਲੈਟ ਹੈ ਜੀ। ਇਸ ਵੇਲੇ ਸਮਾਨ ਵਗੈਰਾ ਚੈਕਿੰਗ ਹੋ ਰਿਹਾ, ਨਾਲ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਔਰ ਇਸ ਵਾਰ ਦੀ ਜੋ ਇਸ ਵਾਰ ਆਉਣ ਦਾ ਸਮਾਂ ਪ੍ਰਾਪਤ ਹੋਇਆ, ਬਹੁਤ ਸੰਗਤਾਂ ਨੇ ਇੱਥੇ ਤਿਆਰ ਕੀਤਾ ਔਰ ਸਾਰੀਆਂ ਸੰਗਤਾਂ ਦਾ, ਕਨੇਡਾ ਜਾਂ ਜਿੰਨੀਆਂ ਵੀ ਸੰਗਤਾਂ ਨੇ ਸਾਰੀਆਂ ਦਾ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਸਾਰੇ ਗੁਰਮੁਖ ਪਿਆਰਿਆਂ ਨੂੰ ਚੜ੍ਹਦੀ ਕਲਾ ਅਤੇ ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰੂ ਬਖਸ਼ਣ, ਅੰਗ ਸੰਗ ਸਹਾਈ ਹੋਣ। ਸੋ ਅੱਜ ਇੰਡੀਆ ਵਾਪਸ ਉਹ ਚਲੇ ਜਾਣਾ ਜੀ, ਅਤੇ ਫਿਰ ਜਿਸ ਤਰ੍ਹਾਂ ਸਤਿਗੁਰੂ ਕਿਰਪਾ ਕਰਨਗੇ, ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਕਿਉਂਕਿ ਇੰਡੀਆ ਵੀ ਕਾਫੀ ਸਮਾਗਮ, ਸਤਿਗੁਰ ਦੀ ਕਿਰਪਾ, ਉੱਥੇ ਵੀ ਗੁਰੂ ਦੀਆਂ ਸੰਗਤਾਂ ਪਿਆਰ ਕਰਦੀਆਂ ਨੇ, ਅਤੇ ਉੱਥੇ ਵੀ ਜਾ ਕੇ ਸਮਾਗਮਾਂ ਵਿੱਚ ਵੀ ਔਰ ਸ਼੍ਰੀ ਹਰਿਮੰਦਰ ਸਾਹਿਬ ਵੀ ਹਾਜ਼ਰੀਆਂ ਭਰਦੀਆਂ ਨੇ। ਸੋ ਇਸ ਵੇਲੇ ਵਾਪਸ ਜਾਣ ਵਾਸਤੇ ਤਿਆਰੀ ਹੈ ਜੀ, ਏਅਰਪੋਰਟ ਪਹੁੰਚੇ ਹੋਏ ਹਾਂ, ਅਤੇ ਨਾਲ ਨਾਲ ਆਪਾਂ ਇਸੇ ਤਰ੍ਹਾਂ ਗੱਲਬਾਤ ਵੀ ਕਰਦੇ ਰਹਾਂਗੇ, ਅਤੇ ਹੁਣ ਅਗਲੀ ਗੱਲਬਾਤ ਥੋੜ੍ਹੀ ਦੇਰ ਬਾਅਦ ਕਰਦੇ ਹਾਂ। ਸਤਿ ਸੰਗਤ ਜੀ, ਏਅਰਪੋਰਟ ਪਹੁੰਚੇ ਹੋਏ ਹਾਂ ਔਰ ਇੱਥੇ ਹੁਣੇ ਕਲਾ ਨਾਲ ਹੀ ਡਿਊਟੀ ਫਰੀ ਲਿਖਿਆ ਇਹਨਾਂ ਨੂੰ, ਕਹਿੰਦੇ ਇੱਥੇ ਡਿਊਟੀ ਫਰੀ ਸਮਾਨ ਮਿਲਦਾ। ਔਰ ਸਮਾਨ ਡਿਊਟੀ ਫਰੀ ਹੈ, ਪਤਾ ਨਹੀਂ, ਨਹੀਂ ਤਾਂ ਲਿਖਿਆ ਜ਼ਰੂਰ ਹੋਇਆ ਡਿਊਟੀ ਫਰੀ ਆ, ਔਰ ਮਹਿੰਗਾ ਸਭ ਤੋਂ ਜ਼ਿਆਦਾ ਹੈ। ਲੋਕੀ ਕਹਿੰਦੇ ਨੇ ਏਅਰਪੋਰਟ 'ਤੇ ਆ ਕੇ ਡਿਊਟੀ ਫਰੀ ਤੋਂ ਸਮਾਨ ਬਹੁਤ ਸਸਤਾ ਮਿਲ ਜਾਂਦਾ, ਪਰ ਡਿਊਟੀ ਫਰੀ ਦਾ ਨਾਂ ਹੀ ਡਿਊਟੀ ਫਰੀ ਹੈ, ਪਰ ਡਬਲ ਟੈਕਸ ਹੈ ਇਹਦੇ ਉੱਤੇ ਏਅਰਪੋਰਟ ਦੇ ਉੱਤੇ। ਜਦੋਂ ਏਅਰਪੋਰਟ ਦਾ ਵੀ ਟੈਕਸ ਪਾ ਲੈਂਦੇ ਨੇ ਨਾ। ਹਾਂ, ਜਦੋਂ ਤੁਸੀਂ ਕੁਝ ਲੈਣਾ ਹੋਵੇ ਤਾਂ ਆਪਾਂ ਬਾਹਰੋਂ ਹੀ ਲੈ ਕੇ ਆਓ। ਅਸੀਂ ਇਸ ਟਾਈਮ ਵੈਨਕੂਵਰ ਏਅਰਪੋਰਟ 'ਤੇ ਬੈਠੇ ਹਾਂ, ਅਤੇ ਬਹੁਤ ਸੋਹਣੀ ਲੋਕੇਸ਼ਨ ਸੀ, ਤਾਂ ਅਸੀਂ ਕਿਹਾ ਚਲੋ 1-2 ਮਿੰਟ ਫਰੀ ਹੈਗੇ ਸੀ, ਆਪ ਜੀ ਨਾਲ ਗੱਲਬਾਤ ਕਰ ਲਈਏ, ਕਿਉਂਕਿ ਅੱਜ ਬੜੀ ਲੌਂਗ ਫਲਾਈਟ ਹੈ, ਘੱਟੋ ਘੱਟ ਤਕਰੀਬਨ ਮੈਨੂੰ ਲੱਗਦਾ ਭਾਅ ਜੀ ਕਿੰਨੀ ਕੁ ਆਪਣਾ 15-16 ਘੰਟੇ ਦੀ ਹੈ ਜੀ, 16 ਘੰਟੇ ਦੀ ਫਲਾਈਟ ਹੈ ਜੀ ਅੱਜ ਦੀ, ਪਰ ਦੁਪਹਿਰ ਪਹੁੰਚਾਂਗੇ ਅੰਮ੍ਰਿਤਸਰ ਦਿੱਲੀ। ਇਸ ਟਾਈਮ ਇੰਡੀਆ ਸ਼ਾਮ ਦੇ 8:30 ਹੋ ਗਏ ਨੇ ਰਾਤ ਦੇ, ਅਤੇ ਇੱਥੇ ਸਵੇਰ ਦੇ 8:05 ਹੋਏ ਆ, ਅਤੇ ਇੱਥੋਂ ਉੱਡਣੀ ਆਪਣੀ ਫਲਾਈਟ 9:50 ਅਤੇ ਮੇਰੇ ਖਿਆਲ ਦਾ ਉਹਦਾ ਟਾਈਮ ਹੈ, 10 ਵਜੇ ਉੱਡੇਗੀ, 10-12 ਮਿੰਟ ਲੇਟ ਵੀ ਹੋ ਜਾਂਦੀ ਆ, ਅਤੇ ਫਲਾਈਟ ਬਹੁਤ ਲੰਮੀ ਹੈ। ਚਲੋ ਹੁਣ ਦੇਖਦੇ ਹਾਂ ਕਿੰਨੇ ਕੁ ਵਜੇ ਪਹੁੰਚਾਂਗੇ ਮਹਾਰਾਜ ਕਿਰਪਾ ਕਰਨ, ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ, ਚਾਹ ਚੁ ਪੀਏ ਕਿਤੇ, ਨਾਸ਼ਤਾ ਕਰ ਲਈਏ, ਪ੍ਰਸ਼ਾਦੇ ਅਸੀਂ ਨਾਲ ਲੈ ਕੇ ਆਏ ਹਾਂ, ਨਾਲ ਫਿਰ ਇੱਥੇ ਬਹਿ ਕੇ ਕੌਫੀ ਨਾਲ ਛੱਡ ਲਾਂਗੇ।
ਗੇਟ ਵੱਲ ਤੁਰੇ ਜਾ ਰਹੇ ਹਾਂ। ਇਸ ਟਾਈਮ ਆਪਾਂ ਬ੍ਰੇਕਫਾਸਟ ਕਰ ਲਿਆ, ਚਾਹ ਪੀ ਲਈ ਆ, ਅਤੇ ਆਪਾਂ ਹੁਣ ਚੱਲੇ ਹਾਂ ਗੇਟ 'ਤੇ ਅਤੇ ਉੱਥੇ ਜਾ ਕੇ ਹੁਣ ਫਲਾਈਟ ਦੀ ਵੇਟ ਕਰਾਂਗੇ। ਚਾਹ ਪੀ ਲਈ ਆ, ਕੌਫੀ ਬਹੁਤ ਸਵਾਦ ਸੀ ਟਿਮ ਹੋਟਲ ਦੀ, ਅਤੇ ਅੱਜ ਵੀਲ ਚੇਅਰ ਆਪਾਂ ਤਾਂ ਨਹੀਂ ਲਈ, ਉਹ ਕਹਿੰਦੇ ਗੇਟ ਬਿਲਕੁਲ ਨੇੜੇ ਆ ਅਤੇ ਪਹਿਲਾਂ ਸੋਚਿਆ ਸੀ ਵੀਲ ਚੇਅਰ ਲੈ ਲਈਏ, ਉਹ ਕਹਿੰਦੇ ਸਿਰਫ ਨਾਲ ਹੀ ਹੈਗਾ, ਤੁਸੀਂ ਡਿਊਟੀ ਫਰੀ ਕ੍ਰੋਸ ਕਰਨੀ ਆ, ਨਾਲ ਹੀ ਗੇਟ ਨੰਬਰ ਆ। ਸਹੀ ਗੱਲ ਉਹਨਾਂ ਦੀ, ਆਪਾਂ ਗੇਟ 'ਤੇ ਪਹੁੰਚ ਗਏ ਇਸ ਟਾਈਮ। ਸਾਡੀ ਫਲਾਈਟ ਉਹਨਾਂ ਉੱਡਣ ਸੀ ਜੀ 10:15 ਅਤੇ ਮੇਰੇ ਕੋਲ ਤਕਨੀਕੀ ਖਾਧੀ ਹੋ ਗਈ, ਫਿਰ ਇਹਨਾਂ ਨੇ ਕਰਤੇ 12:30। ਹੁਣ ਕਹਿੰਦੇ ਜੀ 12:15 ਤਾਂ ਮੰਦਰ ਲੈ ਕੇ ਜਾਵਾਂਗੇ, ਅਤੇ ਏਅਰ ਇੰਡੀਆ ਲੈ ਕਰ ਸਕਦੇ, ਏਅਰ ਇੰਡੀਆ ਕਹਿੰਦੇ ਜੀ ਨਾ ਲਿਆ ਕਰੋ ਕਦੇ, ਚਲੋ ਕੋਈ ਨਹੀਂ ਹੈ ਨਹੀਂ ਬੈਠੇ ਹਾਂ ਜੀ ਹੁਣ, ਅਤੇ ਥੋੜ੍ਹਾ ਜਿਹਾ ਸੀਟ ਕੰਫਰਟੇਬਲ ਸੀ, ਇੱਥੇ ਆ ਗਿਆ ਵੀ ਬੈਠਿਆ। ਰੌਲਾ ਪਾਉਣਗੇ, ਰਮਨ ਸਿੰਘ ਕਹਿੰਦੇ ਪਟਾਕਾ ਨਹੀਂ ਮਾਰਨਾ, ਰੌਲਾ ਪਾਉਣਗੇ, ਇਸ ਕਰਕੇ ਪਟਾਕਾ ਦਾ ਪਟਾਕਾ
ਕੈਂਸਲ ਕਰ, ਫਲਾਈਟ ਖਾਲੀ ਆ ਸਾਰੀ। ਦਿੱਲੀ ਏਅਰਪੋਰਟ ਪਹੁੰਚ ਗਏ ਹਾਂ ਜੀ। ਇਹ ਥੋੜ੍ਹਾ ਫਲਾਈਟ ਲੇਟ ਸੀ, ਇਹ ਤਕਰੀਬਨ ਸਵੇਰੇ 10 ਵਜੇ ਦਾ ਸਮਾਂ ਸੀ, ਪਰ ਇਹ ਦੁਪਹਿਰ ਨੂੰ ਉੱਥੋਂ ਦੇ ਵੈਨਕੂਵਰ ਦੇ ਟਾਈਮ ਦੇ ਨਾਲ 1:15 ਵਜੇ ਉੱਥੋਂ ਚੱਲੀ, ਅਤੇ ਅੱਜ ਇੱਥੇ ਇੰਡੀਆ ਤਕਰੀਬਨ 3:30 ਵਜੇ ਆ ਗਈ। ਅਤੇ ਹੁਣ ਇਸ ਵੇਲੇ ਏਅਰਪੋਰਟ 'ਤੇ ਹਾਂ ਜੀ, ਅਤੇ ਸ਼ਾਮ ਨੂੰ 9 ਵਜੇ ਦੀ ਇੱਥੋਂ ਅੰਮ੍ਰਿਤਸਰ ਦੀ ਫਲੈਟ ਹੈ। ਹੁਣ ਇੱਥੇ ਲੌਂਚ ਵਿੱਚ ਇਸ ਵੇਲੇ ਬੈਠੇ ਹਾਂ ਜੀ, ਅਤੇ ਫਲੈਟ ਦਾ ਇੰਤਜ਼ਾਰ ਕਰਦੇ ਹਾਂ, ਨਾਲੇ ਵੀ ਜਲ ਪਾਣੀ ਚਾਹ ਵਗੈਰਾ ਲੈ ਲਈਏ, ਕਿਉਂਕਿ ਫਲੈਟ ਵਿੱਚ ਇੰਨੀ ਵਧੀਆ ਨਹੀਂ ਮਿਲਦੀ। ਅਤੇ ਇਸ ਤਰ੍ਹਾਂ ਆਪਾਂ ਜੁੜੇ ਰਹਿਣਾ ਜੀ, ਅਗਲੀ ਗੱਲਬਾਤ ਨਾਲ ਨਾਲ ਕਰਦੇ ਰਵਾਂਗੇ। ਇਸ ਵੇਲੇ ਦਿੱਲੀ ਏਅਰਪੋਰਟ ਪਹੁੰਚ ਗਏ। ਇਸ ਵੇਲੇ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਹਾਂ ਜੀ। ਅਤੇ ਹੁਣ ਪਹੁੰਚੀ ਹੈ ਫਲੈਟ ਸਾਡੀ, ਅਤੇ ਹੁਣ ਆਪਾਂ ਸ਼੍ਰੀ ਦਰਬਾਰ ਸਾਹਿਬ ਨੂੰ ਚੱਲਣ ਲੱਗੇ ਹਾਂ, ਅਤੇ ਨਾਲ ਨਾਲ ਆਪਾਂ ਇਹ ਬਲੌਕ ਇੱਥੇ ਹੀ ਖਤਮ ਕਰੀਏ, ਕਿਉਂਕਿ ਅੱਜ ਦਾ ਅਤੇ ਕੱਲ੍ਹ ਦਾ ਜੋ ਇਹ ਸਫ਼ਰ ਆਰੰਭ ਕੀਤਾ ਹੋਇਆ ਵੈਨਕੂਵਰ ਤੋਂ ਦਿੱਲੀ, ਦਿੱਲੀ ਤੋਂ ਹੁਣ ਇੱਥੇ ਅੰਮ੍ਰਿਤਸਰ ਪਹੁੰਚੇ ਹਾਂ, ਅਤੇ ਹੁਣ ਆਪਾਂ ਇਹ ਸਫ਼ਰ ਨੂੰ ਇੱਥੇ ਖਤਮ ਕਰੀਏ, ਫਿਰ ਅਗਲਿਆਂ ਬਲੌਕਾਂ 'ਚ ਮਿਲਾਂਗੇ। ਅੱਜ ਕੈਨੇਡਾ ਦੀ ਫੇਰੀ ਤੋਂ ਬਾਅਦ ਵਾਪਸ ਇੰਡੀਆ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਹਾਂ ਜੀ, ਅਤੇ ਫਿਰ ਅਗਲਿਆਂ ਬਲੌਕਾਂ 'ਚ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।